ਸਤਿ ਸ਼੍ਰੀ ਅਕਾਲ ਜੀ, ਮੈਂ ਮਨਦੀਪ ਲੈਸਟਰ UK। ਇਹ ਮੇਰੀ ਚੈਨਲ ਦੀ ਪਹਿਲੀ ਵੀਡੀਓ ਆ ਅਤੇ ਚੈਨਲ ਦਾ ਨਾਮ ਹੈਗਾ ਮਨਦੀਪ ਲੈਸਟਰ UK। ਅਤੇ ਕਿਰਪਾ ਕਰਕੇ ਸਭ ਤੋਂ ਪਹਿਲਾਂ ਹੀ ਇਹ ਰਿਕੁਐਸਟ ਹੈ ਕਿ ਜਲਦੀ ਤੋਂ ਜਲਦੀ ਇਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਆਉਣ ਵਾਲੀਆਂ ਸਾਰੀਆਂ ਵੀਡੀਓਆਂ ਇਹ ਚੈਨਲ 'ਤੇ ਆਉਣਗੀਆਂ। ਅੱਜ ਮੈਂ ਖੜ੍ਹਾ ਡੀ ਮੌਂਟਫੋਰਟ ਯੂਨੀਵਰਸਿਟੀ, ਜਿੱਥੇ 4 ਮਹੀਨੇ ਹੋ ਗਏ ਮੈਨੂੰ ਲਗਾਤਾਰ ਆਉਂਦਿਆਂ ਹੋਇਆਂ। ਅਤੇ ਜਿੱਦਾਂ ਮੈਂ ਆਪਣਾ ਪਹਿਲਾਂ ਤੁਹਾਨੂੰ ਦੱਸਾਂ, ਮੇਰਾ ਨਾਮ ਮਨਦੀਪ ਸਿੰਘ ਹੈ, ਲੈਸਟਰ ਡੀ ਮੌਂਟਫੋਰਟ ਯੂਨੀਵਰਸਿਟੀ ਹੈ, ਠੀਕ ਹੈ। ਮੇਰਾ ਕੋਰਸ ਹੈਗਾ ਇੰਟਰਨੈਸ਼ਨਲ ਬਿਜ਼ਨਸ ਐਂਡ ਮਾਰਕੀਟਿੰਗ, ਅਤੇ ਪਿਛਲੇ 4 ਮਹੀਨਿਆਂ ਤੋਂ ਮੈਂ ਇਹੀ ਕੋਰਸ ਆਪਣਾ ਕੰਟੀਨਿਊ ਕਰ ਰਿਹਾ। ਹੁਣ ਥੋੜ੍ਹੀ ਜਿਹੀਆਂ 2-4 ਗੱਲਾਂ ਨੇ, ਉਹ ਨੇ ਇਹ ਚੈਨਲ ਸਟਾਰਟ ਕਰਨ ਦੀ ਵਜ੍ਹਾ ਕੀ ਸੀ ਅਤੇ ਕਿਉਂ ਮੈਨੂੰ ਲੋੜ ਪਈ ਚੈਨਲ ਸਟਾਰਟ ਕਰਨ। ਸਭ ਤੋਂ ਪਹਿਲਾਂ ਇੰਟਰਨੈਸ਼ਨਲ ਸਟੂਡੈਂਟ ਜੋ ਕਿ May 2023 ਵਿੱਚ ਆਊਗਾ ਜਾਂ January 2023 ਵਿੱਚ ਆਇਆ, ਉਹਨਾਂ ਨੂੰ ਬਹੁਤ ਡਿਫੀਕਲਟੀਜ਼ ਹੋ ਰਹੀਆਂ ਨੇ। ਅਕੋਮੋਡੇਸ਼ਨ ਵਾਸਤੇ ਡਿਫੀਕਲਟੀਜ਼ ਹੋ ਰਹੀਆਂ ਨੇ, ਰਜਿਸਟ੍ਰੇਸ਼ਨ ਵਾਸਤੇ ਡਿਫੀਕਲਟੀਜ਼ ਹੋ ਰਹੀ ਨੇ, ਅਤੇ ਜੋਬਸ ਵਾਸਤੇ ਵੀ ਬਹੁਤ ਡਿਫੀਕਲਟੀਜ਼ ਨੇ ਜਿਹੜੀਆਂ ਉਹ ਹੋ ਰਹੀਆਂ ਨੇ। ਇਹਨਾਂ ਸਾਰਿਆਂ ਦਾ ਹੱਲ ਕਰਨ ਲਈ ਮੈਂ ਇਹ ਜਿਹੜਾ ਚੈਨਲ ਆ ਉਹ ਖੋਲਿਆ, ਖਾਸ ਕਰਕੇ ਸਾਡੀ ਸਿੱਖ ਕਮਿਊਨਿਟੀ ਲਈ, ਕਿਉਂਕਿ ਸਾਡੇ ਜਿਹੜੇ ਸਿੱਖ ਸਟੂਡੈਂਟ ਨੇ ਬਹੁਤ ਹੈਜੀਟੇਟ ਹੁੰਦੇ ਆ ਜਦੋਂ ਕਿਸੇ ਕਦੇ ਵੀ ਇੰਗਲਿਸ਼ ਪ੍ਰੋਫੈਸਰ ਨਾਲ ਜਾਂ ਇੰਗਲਿਸ਼ ਲੈਕਚਰਰ ਨਾਲ ਕੋਈ ਗੱਲ ਕਰਨੀ ਹੁੰਦੀ ਜਾਂ ਇੰਗਲਿਸ਼ ਐਗਜ਼ੀਕਿਊਟਿਵ ਨਾਲ ਕੋਈ ਗੱਲ ਕਰਨੀ ਹੁੰਦੀ ਆ, ਕਿਉਂਕਿ ਸਾਡੀ ਜਿਹੜੀ ਇੰਗਲਿਸ਼ ਆ ਉਹ ਇੰਨੀ ਜ਼ਿਆਦਾ ਵਧੀਆ ਨਹੀਂ ਹੁੰਦੀ ਜਿੰਨੀ ਉਹਨਾਂ ਦੀ ਹੁੰਦੀ ਹੈ, ਤਾਂ ਅਸੀਂ ਉਹਨਾਂ ਨੂੰ ਅੰਡਰਸਟੈਂਡ ਕਰਨ ਵਿੱਚ ਬਹੁਤ ਮੁਸ਼ਕਲ ਦਾ ਸਾਹਮਣਾ ਕਰਦੇ ਹਾਂ। ਤਾਂ ਕਿਤੇ ਜਾ ਕੇ ਸਾਡੀ ਕਈ ਵਾਰੀ ਕੋਈ ਦੂਸਰਾ ਬੰਦਾ ਸਾਡੀ ਗੱਲ ਸੁਣ ਕੇ ਫਿਰ ਸਾਨੂੰ ਦੱਸਦਾ ਵੀ ਇਹ ਕੀ ਕਹਿ ਰਹੇ ਆ ਅਤੇ ਉੱਥੋਂ ਕੀ ਪੁੱਛ ਰਹੇ ਆ। ਸੋ ਇਹ ਬੇਸਿਕਲੀ ਇਹ ਚੈਨਲ ਸਟਾਰਟ ਕਰਨ ਦੀ ਵਜ੍ਹਾ ਹੈਗੀ ਆ ਵੀ ਤੁਹਾਨੂੰ ਡੀ ਮੌਂਟਫੋਰਟ ਯੂਨੀਵਰਸਿਟੀ ਦੀਆਂ ਜਿੰਨੀਆਂ ਫੈਸਿਲਿਟੀਜ਼ ਨੇ, ਜਿੰਨੀਆਂ ਹਰ ਇੱਕ ਚੀਜ਼ਾਂ ਨੇ ਜਿਹੜੀਆਂ ਕਿ ਤੁਹਾਨੂੰ ਪਤਾ ਹੋਣੀਆਂ ਚਾਹੀਦੀਆਂ ਵੀ ਕਿੱਥੇ ਕੀ ਹੈ ਕਿੱਥੇ ਕੀ ਹੈ, ਅਤੇ ਹਰ ਇੱਕ ਜਿਹੜੀਆਂ ਆਉਣ ਵਾਲੀਆਂ ਓਪਰਚੁਨਿਟੀਜ਼ ਨੇ ਉਹਨਾਂ ਬਾਰੇ ਦੱਸ ਸਕਾਂ। ਅਤੇ ਇਹ ਤੋਂ ਇਲਾਵਾ ਜਿਵੇਂ ਕਿ ਲੈਸਟਰ ਦੇ ਵਿੱਚ ਕਿਹੜੀਆਂ ਕਿਹੜੀਆਂ ਉਹ ਪਲੇਸਿਸ ਨੇ ਜਿੱਥੇ ਤੁਸੀਂ ਜਾ ਕੇ ਘੁੰਮ ਸਕਦੇ ਹੋ, ਲੈਸਟਰ ਦੇ ਵਿੱਚ ਉਹ ਕਿਹੜੀਆਂ ਅਕੋਮੋਡੇਸ਼ਨ ਨੇ ਜਿੱਥੇ ਤੁਸੀਂ ਅਕੋਮੋਡੇਸ਼ਨ ਬੁੱਕ ਕਰ ਸਕਦੇ ਹੋ, ਲੈਸਟਰ ਦੇ ਵਿੱਚ ਉਹ ਕਿਹੜੀਆਂ ਜੋਬਸ ਨੇ ਜਿੱਥੇ ਜਾ ਕੇ ਤੁਸੀਂ ਆਪਣੀ ਪਾਰਟ ਟਾਈਮ ਜੋਬ ਆ ਜਿਹੜੀ ਉਹ ਕਰ ਸਕਦੇ ਹੋ, ਅਤੇ ਬਾਕੀ ਡੀ ਮੌਂਟਫੋਰਟ ਯੂਨੀਵਰਸਿਟੀ ਦੇ ਵਿੱਚ ਉਹ ਕਿਹੜੀਆਂ ਉਹ ਕਿੱਥੇ ਪਲੇਸ ਹੈਗੀ ਹੈ ਜਿੱਥੇ ਤੁਸੀਂ ਜਾ ਕੇ ਜੋਬ ਲੈ ਸਕਦੇ ਹੋ। ਇੱਥੇ ਇਨਸਾਈਡ ਵੀ ਬਹੁਤ ਸਾਰੀਆਂ ਜੋਬਸ ਨੇ ਜਿਹੜੀਆਂ ਡੀ ਮੌਂਟਫੋਰਟ ਯੂਨੀਵਰਸਿਟੀ ਵਿੱਚ ਨਿਕਲਦੀਆਂ ਨੇ ਅਤੇ ਤੁਸੀਂ ਜਾ ਕੇ ਗ੍ਰੈਬ ਕਰ ਸਕਦੇ ਹੋ, ਬਟ ਤੁਹਾਨੂੰ ਇੱਕ ਪ੍ਰੋਪਰ ਸਲਾਹ ਦੀ ਲੋੜ ਹੈ, ਤੁਹਾਨੂੰ ਇੱਕ ਪ੍ਰੋਪਰ ਗਾਈਡੈਂਸ ਦੀ ਲੋੜ ਹੈ ਤਾਂ ਜੋ ਤੁਹਾਨੂੰ ਹਰ ਇੱਕ ਚੀਜ਼ ਟਾਈਮ ਸਿਰ ਮਿਲ ਸਕੇ। ਸਭ ਤੋਂ ਪਹਿਲਾਂ ਜਿਹੜੇ ਸਟੂਡੈਂਟ ਨਵੇਂ ਆਏ ਨੇ January 2023 ਵਿੱਚ, ਬਹੁਤ ਸਾਰੇ ਸਟੂਡੈਂਟ ਆਏ ਨੇ, ਉਹ ਬਹੁਤ ਸਾਰੀਆਂ ਡਿਫੀਕਲਟੀਜ਼ ਫੇਸ ਕਰ ਰਹੇ ਨੇ। ਡਿਫੀਕਲਟੀਜ਼ ਫੇਸ ਕਰ ਰਹੇ ਨੇ ਉਹ ਉਹਦੇ ਰਿਲੇਟਡ, ਜਿੱਦਾਂ ਉਹ ਰਜਿਸਟ੍ਰੇਸ਼ਨ ਦੇ ਲਈ ਸਭ ਤੋਂ ਪਹਿਲਾਂ ਡਿਫੀਕਲਟੀਜ਼ ਫੇਸ ਕਰ ਰਹੇ ਨੇ, ਕਿਉਂਕਿ ਏਜੈਂਟਸ ਜਿਹੜੇ ਹੁੰਦੇ ਆ ਉਹ ਇੰਡੀਆ ਆਪਾਂ ਨੂੰ ਇੱਥੇ UK ਜਿਹੜਾ ਉਹ ਭੇਜ ਦਿੰਦੇ ਆ, ਪਰ ਸਾਨੂੰ ਇਹ ਪ੍ਰੋਪਰ ਜਾਣਕਾਰੀ ਦੇ ਕੇ ਨਹੀਂ ਭੇਜਦੇ ਵੀ ਸਾਨੂੰ ਕੀ ਉੱਥੇ ਜਾ ਕੇ ਦਿਖਾਉਣਾ ਅਤੇ ਕਿੱਦਾਂ ਅਸੀਂ ਉੱਥੇ ਜਾ ਕੇ ਬੋਲਣਾ ਅਤੇ ਕਿੱਦਾਂ ਸਾਨੂੰ ਅਸੀਂ ਹਰ ਇੱਕ ਚੀਜ਼ ਆ ਜਿਹੜੇ ਸਟੈਪ ਬਾਏ ਸਟੈਪ ਜਿਹੜੇ ਉਹ ਕਰਨੇ ਆ। ਅਤੇ ਪਹਿਲੀ ਗੱਲ ਉਹਨਾਂ ਸਟੂਡੈਂਟਾਂ ਦੇ ਲਈ ਹੈ, ਕਿਉਂਕਿ ਮੈਂ ਪਿਛਲੇ 3 ਦਿਨਾਂ ਤੋਂ ਉਹਨਾਂ ਸਟੂਡੈਂਟਾਂ ਦੀ ਹੈਲਪ ਕਰਨ ਵਿੱਚ ਲੱਗਿਆ ਹੋਇਆ, ਵਿਦਾਊਟ ਐਨੀ ਫੀਸ, ਕੋਈ ਇੱਕ ਰੁਪਈਏ ਤੋਂ ਬਿਨਾਂ, ਕਿਸੇ 1 ਪਾਉਂਡ ਵੀ ਨਹੀਂ ਕਿਸੇ ਤੋਂ ਅਜੇ ਤੱਕ ਮੈਂ ਚਾਰਜ ਕੀਤਾ ਅਤੇ ਨਾ ਹੀ ਮੈਂ ਚਾਰਜ ਕਰਨਾ। ਫਰੀ ਆਫ ਕੋਸਟ ਉਹਨਾਂ ਨੂੰ ਮੈਂ ਹਰ ਇੱਕ ਗਾਈਡੈਂਸ ਦੇ ਰਿਹਾ, ਕਾਹਦੇ ਕਰਕੇ, ਕਿਉਂਕਿ ਮੇਰੇ ਕੋਲ 2 ਅਹੁਦੇ ਨੇ ਹਜੇ ਤੱਕ। ਪਹਿਲਾ ਅਹੁਦਾ ਹੈਗਾ ਮੈਂਬਰ ਆਫ ਨੈਸ਼ਨਲ ਸਟੂਡੈਂਟ ਯੂਨੀਅਨ, ਜਿਹੜਾ ਕਿ ਮੈਂ ਆਪਣੀ ਸਾਰੀ ਯੂਨੀਵਰਸਿਟੀ ਨੂੰ ਜਿਹੜੇ ਸਿੱਖ ਸਟੂਡੈਂਟ ਨੇ ਜਾਂ ਜਿਹੜੇ ਹੋਰ ਇੰਡੀਅਨ ਸਟੂਡੈਂਟ ਨੇ ਉਹਨਾਂ ਨੂੰ ਰੀਪ੍ਰਜੈਂਟ ਕਰਨਾ। ਦੂਜੀ ਜਿਹੜੀ ਹੈਗੀ ਹੈ, ਮੈਂ ਕੋਰਸ ਰਿਪ੍ਰਜੈਂਟਿੰਗ ਆ, ਜਿਹਦੇ ਵਿੱਚ ਮੈਂ ਸਿਰਫ 200 ਮੇਰੇ ਜਿਹੜੇ ਕਲਾਸਮੇਟ ਨੇ ਉਹਨਾਂ ਨੂੰ ਰੀਪ੍ਰਜੈਂਟ ਕਰਨਾ ਆਪਣੇ ਹਰ ਇੱਕ ਕੰਮ ਲਈ ਅਤੇ ਹਰ ਇੱਕ ਜਿਹੜੀ ਕੋਈ ਐਕਟੀਵਿਟੀ ਆ ਉਹਦੇ ਲਈ। ਹੁਣ ਜਿਹੜੀ ਗੱਲ ਕਰਦੇ ਹਾਂ ਵੀ ਰਜਿਸਟ੍ਰੇਸ਼ਨ ਦੀ, ਸਭ ਤੋਂ ਪਹਿਲਾਂ ਰਜਿਸਟ੍ਰੇਸ਼ਨ ਦੇ ਲਈ ਤੁਹਾਨੂੰ ਕੁਝ ਚੀਜ਼ਾਂ ਨੇ ਜਿਹੜੀਆਂ ਉਹ ਕਲੀਅਰ ਹੋਣੀਆਂ ਚਾਹੀਦੀਆਂ ਨੇ। ਪਹਿਲੀ ਚੀਜ਼ ਤੁਹਾਨੂੰ ਦੱਸ ਰਿਹਾ, ਰਜਿਸਟ੍ਰੇਸ਼ਨ ਤੁਸੀਂ ਪ੍ਰੀ ਰਜਿਸਟ੍ਰੇਸ਼ਨ ਜਿਹੜੀ ਇੱਥੇ ਆ ਕੇ ਕਰਨੀ ਆ, ਠੀਕ ਹੈ। ਉਹ ਇੱਕ ਗੇਟਵੇ ਹਾਊਸ ਆ ਜਿਹਦੇ ਵਿੱਚ ਤੁਸੀਂ ਜਾਣਾ, ਜਾ ਕੇ ਤੁਸੀਂ ਹਰ ਇੱਕ ਜਿਹੜੀ ਚੀਜ਼ ਹੈ, ਇੱਕ ਸਕੈਨ ਕੋਡ ਲੱਗਿਆ ਹੋਣਾ ਉੱਥੇ, ਤੁਸੀਂ ਜਦੋਂ ਰੂਮ ਦੇ ਵਿੱਚ ਐਂਟਰ ਹੋਵੋਗੇ ਉਹ ਸਕੈਨ ਕੋਡ ਦੇ ਵਿੱਚ ਸਾਰੀ ਚੀਜ਼ ਹੈ ਜਿਹੜੀ ਇਨਫੋਰਮੇਸ਼ਨ ਆ ਉਹ ਭਰਨੀ ਹੈ, ਇਦੋਂ ਬਾਅਦ ਜਿਹੜੀ ਤੁਹਾਡੀ ਪ੍ਰੀ ਰਜਿਸਟ੍ਰੇਸ਼ਨ ਆ ਜਿਹੜੀ ਉਹ ਕੰਪਲੀਟ ਹੋ ਜਾਣੀ ਆ। ਦੂਜੀ ਜਿਹੜੀ ਗੱਲ ਹੁੰਦੀ ਹੈ ਪਰੂਫ ਆਫ ਐਡਰੈਸ, ਪਰੂਫ ਆਫ ਐਡਰੈਸ ਤੁਸੀਂ ਕਈ ਤਰੀਕੇ ਦੇ ਨਾਲ ਯੂਜ਼ ਕਰ ਸਕਦੇ ਹੋ, ਕਈ ਚੀਜ਼ਾਂ ਨੇ ਜਿਹੜੀਆਂ ਪਰੂਫ ਆਫ ਐਡਰੈਸ ਵਾਸਤੇ ਤੁਸੀਂ ਯੂਜ਼ ਕਰ ਸਕਦੇ ਹੋ। ਪਹਿਲੀ ਚੀਜ਼ ਜਿਹੜੀ ਹੈਗੀ ਹੈ
ਉਹ ਹੈਗਾ ਬੈਂਕ ਸਟੇਟਮੈਂਟ। ਬੈਂਕ ਸਟੇਟਮੈਂਟ ਕਿੱਦਾਂ ਕਿ ਤੁਸੀਂ ਜਿੱਥੇ ਤੁਸੀਂ ਆਪਣੀ ਅਕੋਮੋਡੇਸ਼ਨ ਬੁੱਕ ਕੀਤੀ ਹੈ, ਠੀਕ ਹੈ, ਉੱਥੋਂ ਦਾ ਤੁਸੀਂ ਐਡਰੈਸ ਦੇਣਾ ਬੈਂਕ ਵਿੱਚ ਜਾ ਕੇ। ਕਿੱਦਾਂ ਕਿ ਤੁਸੀਂ ਸਭ ਤੋਂ ਪਹਿਲਾਂ ਇਹ ਨਹੀਂ ਕਹਿਣਾ ਬੈਂਕ ਵਿੱਚ ਜਾ ਕੇ ਵੀ ਅਸੀਂ ਸਟੂਡੈਂਟ ਅਕਾਊਂਟ ਓਪਨ ਕਰਨਾ, ਕਿਉਂਕਿ ਜੇਕਰ ਤੁਸੀਂ ਸਟੂਡੈਂਟ ਅਕਾਊਂਟ ਓਪਨ ਕਰਨਾ ਤਾਂ ਉਹਦੇ ਲਈ ਤੁਹਾਨੂੰ ਕਾਫੀ ਦਸਤਾਵੇਜ਼ ਨੇ ਜਿਹੜੇ, ਕਾਫੀ ਸਰਟੀਫਿਕੇਟ ਨੇ ਜਿਹੜੇ, ਉਹਨਾਂ ਦੀ ਲੋੜ ਪੈਣੀ ਆ। ਤਾਂ ਤੁਸੀਂ ਇਹ ਚੀਜ਼ ਤੋਂ ਬਚਣਾ, ਤੁਸੀਂ ਕਹਿਣਾ ਮੈਂ ਕਰੰਟ ਜਿਹੜਾ ਅਕਾਊਂਟ ਹੈ ਉਹ ਓਪਨ ਕਰਨਾ, ਅਤੇ ਉਹਦੇ ਲਈ ਤੁਹਾਨੂੰ ਸਿਰਫ ਇੱਕ BRP ਕਾਰਡ, ਇੱਕ ਤੁਹਾਡਾ ਐਡਰੈਸ ਪਤਾ ਹੋਣਾ ਚਾਹੀਦਾ, ਅਤੇ ਇੱਕ ਤੁਹਾਡਾ ਪਾਸਪੋਰਟ ਹੈ ਜਿਹੜਾ, ਉਹ ਚੀਜ਼ ਲੱਗਣੀ ਹੈ। ਇਦੂ ਬਾਅਦ ਤੁਸੀਂ ਉਹ ਪਰੂਫ ਆਫ ਐਡਰੈਸ ਤੁਸੀਂ ਜਿਹੜਾ ਯੂਨੀਵਰਸਿਟੀ ਵਿੱਚ ਦੇ ਕੇ ਆਪਣੀ ਜਿਹੜੀ ਰਜਿਸਟ੍ਰੇਸ਼ਨ ਆ ਉਹ ਕੰਪਲੀਟ ਕਰ ਸਕਦੇ ਹੋ। ਇਹ ਇੱਦਾਂ ਦੇ ਇੱਦਾਂ ਤਰੀਕੇ ਨਾਲ ਮੈਂ 4 to 5 ਸਟੂਡੈਂਟਾਂ ਦੀ ਜਿਹੜੀ ਆ ਰਜਿਸਟ੍ਰੇਸ਼ਨ ਉਹ ਪਿਛਲੇ 2-3 ਦਿਨਾਂ ਵਿੱਚ ਕਰਵਾ ਚੁੱਕੇ ਹਾਂ, ਜਿਨ੍ਹਾਂ ਵਿੱਚ ਕੁੜੀਆਂ ਵੀ ਨੇ ਅਤੇ ਮੁੰਡਿਆਂ ਵੀ ਨੇ। ਅਤੇ ਇਹ ਤੋਂ ਬਾਅਦ ਜੇ ਤੁਹਾਡੇ ਕੋਲ ਇਹ ਵੀ ਚੀਜ਼ ਨਹੀਂ ਹੁੰਦੀ ਤਾਂ ਦੂਜੀ ਗੱਲ ਆ ਜਾਂਦੀ ਹੈ ਟੈਨਸੀ। ਟੈਨਸੀ ਜਿਹੜੇ ਪੇਪਰ ਹੁੰਦੇ ਆ ਉਹ ਇਹ ਹੁੰਦੇ ਆ ਵੀ ਜਿੱਥੇ ਤੁਸੀਂ ਰਹਿ ਰਹੇ ਹੋ ਉੱਥੋਂ ਦਾ ਓਨਰ ਹੈ ਜਿਹੜਾ ਤੁਹਾਨੂੰ ਟੈਨਸੀ ਜਿਹੜਾ ਪੇਪਰ ਆ ਉਹ ਪ੍ਰੋਵਾਈਡ ਕਰਕੇ ਦਿੰਦਾ। ਉਹਦੇ ਉੱਤੇ ਬਕਾਇਦਾ ਲਿਖਿਆ ਹੁੰਦਾ ਵੀ ਤੁਸੀਂ, ਤੁਹਾਡੇ ਨਾਲ ਐਗਰੀਮੈਂਟ ਕੀਤਾ ਜਾਂਦਾ ਕਿ ਤੁਸੀਂ ਇੰਨੇ ਚਿਰ ਵਾਸਤੇ ਸਾਡੇ ਕੋਲ ਰਹਿਣ ਆਏ ਹੋ, ਇੰਨਾ ਤੁਹਾਡਾ ਰੈਂਟ ਹੈ ਅਤੇ ਇੰਨਾ ਜਿਹੜਾ ਤੁਹਾਡਾ ਮਤਲਬ ਜਿਹੜਾ ਟੋਟਲ ਐਕਸਪੈਂਡੀਚਰ ਹੈਗਾ ਇੱਥੇ ਦੇ, ਮਤਲਬ ਹੋਰ ਕੋਸਟ ਜਿਹੜੀ ਹੁੰਦੀ ਹੈ, ਵਾਈਫਾਈ ਦੀ ਕੋਸਟ ਵੀ ਹੁੰਦੀ ਹੈ ਕਈ ਵਾਰੀ ਯੂਟੀਬਿਲਿਟੀ ਬਿੱਲਸ ਹੁੰਦੇ, ਜਿੱਦਾਂ ਇਲੈਕਟ੍ਰੀਸਿਟੀ ਹੁੰਦੀ ਆ, ਸੀ ਜਾਂ ਵਾਟਰ ਬਿੱਲ, ਉਹ ਸਾਰਾ ਕੁਛ ਇੰਕਲੂਡ ਕਰਕੇ ਜਿਹੜਾ ਉਹ ਟੈਨਸੀ ਪੇਪਰ ਬਣਾ ਕੇ ਤੁਹਾਨੂੰ ਦਿੰਦੇ ਆ। ਤੁਸੀਂ ਉਹ ਵੀ ਪਰੂਫ ਆਫ ਐਡਰੈਸ ਹੈ ਜਿਹੜਾ ਉਹ ਤੁਸੀਂ ਯੂਜ਼ ਕਰ ਸਕਦੇ ਹੋ। ਇਹ ਤੋਂ ਇਲਾਵਾ ਜਿਹੜੀ ਤੀਜੀ ਆਪਸ਼ਨ ਤੁਹਾਡੇ ਕੋਲ ਬਚਦੀ ਆ ਉਹ ਇਹ ਬਚਦੀ ਹੈ ਕਿ ਇੱਥੇ ਯੂਨੀਵਰਸਿਟੀ ਇੱਕ ਤੀਜੀ ਆਪਸ਼ਨ ਦਿੰਦੀ ਹੈ ਵੀ ਲੈਟਰ ਤੁਹਾਡੇ ਘਰ ਭੇਜਣਦੀ। ਉਹ ਕਿੱਦਾਂ ਹੁੰਦੀ ਆ ਕਿ ਤੁਸੀਂ ਇੱਕ ਐਡਰੈਸ ਦੇਣਾ, ਠੀਕ ਹੈ, ਕੋਈ ਵੀ ਐਡਰੈਸ ਤੁਸੀਂ ਦੇ ਸਕਦੇ ਹੋ, ਕਿਸੇ ਫਰੈਂਡ ਦਾ ਐਡਰੈਸ ਦੇ ਸਕਦੇ ਹੋ, ਕਿਸੇ ਰਿਸ਼ਤੇਦਾਰ ਦਾ ਐਡਰੈਸ ਦੇ ਸਕਦੇ ਹੋ, ਜਾਂ ਕਿਸੇ ਕੋਈ ਵੀ ਜਿਹੜਾ ਤੁਹਾਡਾ ਨੀਅਰ ਐਂਡ ਡੀਅਰ ਵਨ ਆ ਉਹਦਾ ਤੁਸੀਂ ਐਡਰੈਸ ਦੇ ਸਕਦੇ ਹੋ ਕਿ ਤੁਸੀਂ ਉਹਦੇ ਕੋਲ ਰਹਿਣ ਆਏ ਹੋਏ ਹੋ, ਠੀਕ ਹੈ। ਤਾਂ ਉਹਦੇ ਉਹ ਮੇ ਬੀ ਉਹ ਲੈਟਰ ਜਿਹੜਾ ਤੁਹਾਡੇ ਉਹ 1-2 ਦਿਨਾਂ ਦੇ ਵਿੱਚ ਘਰ ਪਹੁੰਚ ਜਾਂਦਾ, ਅਤੇ ਜਿਹਦੇ ਨਾਲ ਤੁਸੀਂ ਉਹ ਲੈਟਰ ਉਹ ਆ ਕੇ ਯੂਨੀਵਰਸਿਟੀ ਨੂੰ ਦਿਖਾ ਸਕਦੇ ਹੋ ਵੀ ਹਾਂ ਵੀ ਮੈਂ ਇੱਥੇ ਇੰਨੇ ਟਾਈਮ ਤੋਂ ਰਹਿ ਰਿਹਾ ਜਾਂ ਇੰਨੇ ਟਾਈਮ ਇੱਥੇ ਰਹਿਣ ਆਇਆ। ਇਹ ਜਿਹੜੇ 3 ਤਰੀਕੇ ਤੁਹਾਨੂੰ ਦੱਸੇ ਇਹਨਾਂ ਨਾਲ ਤੁਹਾਡੀ ਜਿਹੜੀ ਰਜਿਸਟ੍ਰੇਸ਼ਨ ਆ ਉਹ ਕੰਪਲੀਟ ਹੋ ਸਕਦੀ ਹੈ। ਮੈਂ ਚਾਹੁੰਦਾ ਵੀ ਤੁਸੀਂ ਜਿਹੜੇ ਜਿੰਨੀਆਂ ਵੀ ਅਫਵਾਹਾਂ ਨੇ ਉਹਨਾਂ ਤੋਂ ਬਚੋ, ਠੀਕ ਹੈ। ਬਹੁਤ ਸਾਰੀਆਂ ਅਫਵਾਹਾਂ ਉੱਡਦੀਆਂ ਨੇ ਵੀ ਤੁਹਾਨੂੰ ਇਹ ਹੋ ਜੂਗਾ, ਤੁਹਾਨੂੰ ਉਹ ਕਰ ਦਾਂਗੇ, ਤੁਹਾਨੂੰ ਉਹ ਕਰ ਦਾਂਗੇ, ਨਥਿੰਗ, ਕੁਛ ਨਹੀਂ ਹੁੰਦਾ। ਬਟ ਤੁਹਾਡੇ ਵਿੱਚ ਕੀ ਹੈ, ਇੱਕ ਮੋਟੀਵੇਸ਼ਨ ਹੋਣੀ ਚਾਹੀਦੀ, ਡੈਡੀਕੇਸ਼ਨ ਹੋਣੀ ਚਾਹੀਦੀ, ਹਰ ਇੱਕ ਚੀਜ਼ ਨੂੰ ਪ੍ਰੋਪਰ ਤਰੀਕੇ ਨਾਲ ਜਿਹੜਾ ਕਰਨ ਦਾ ਉਹ ਬੇਪਤਾ ਹੋਣਾ ਚਾਹੀਦਾ, ਤੁਸੀਂ ਹਰ ਇੱਕ ਚੀਜ਼ ਨੂੰ ਪ੍ਰੋਪਰ ਤਰੀਕੇ ਨਾਲ ਕਰ ਦੋਗੇ। ਇਹ ਤੋਂ ਇਲਾਵਾ ਜਿਹੜੇ ਨਵੇਂ ਸਟੂਡੈਂਟ ਆਏ ਆ ਉਹਨਾਂ ਲਈ ਬਹੁਤ ਡਿਫੀਕਲਟੀਆਂ ਆਉਣਗੀਆਂ ਅੱਗੇ ਜਾ ਕੇ, ਜਿੱਦਾਂ ਜੋਬ ਨੂੰ ਲੈ ਕੇ ਆਉਣਗੀਆਂ, ਠੀਕ ਹੈ, ਹੋਰ ਬਹੁਤ ਸਾਰੇ ਡਾਕੂਮੈਂਟ ਹੁੰਦੇ, ਜਿੱਦਾਂ NHS ਹੁੰਦਾ, ਠੀਕ ਹੈ, NI ਹੁੰਦਾ, ਠੀਕ ਹੈ, ਹੋਰ ਲਾਇਬ੍ਰੇਰੀ ਕਾਰਡ ਹੁੰਦਾ, ਬਹੁਤ ਸਾਰੇ ਜਿਹੜੇ ਚੀਜ਼ਾਂ ਨੇ ਉਹ ਪੈਂਡਿੰਗ ਪਈਆਂ ਹੋਣਗੀਆਂ ਹਜੇ, ਉਹਨਾਂ ਦੇ ਲਈ ਸਾਰੀ ਜਿਹੜੀਆਂ ਵੀਡੀਓ ਨੂੰ ਇੱਕ ਇੱਕ ਕਰਕੇ ਆਉਣਗੀਆਂ, ਠੀਕ ਹੈ। ਤਾਂ ਉਦੋਂ ਪਹਿਲਾਂ ਹੀ ਤੁਹਾਨੂੰ ਮੈਂ ਦੱਸ ਦਿੰਦਾ, ਮੈਂ ਬਹੁਤ ਮਤਲਬ ਜਲਦੀ ਕਰੂੰ ਉਹਨਾਂ ਲਈ ਕਿ ਮੈਂ ਹਰ ਇੱਕ ਵੀਡੀਓ ਟਾਈਮ ਤੋਂ ਟਾਈਮ ਅਪਲੋਡ ਕਰੀ ਜਾਵਾਂ, ਬਟ ਕਈ ਵਾਰੀ ਬੰਦੇ ਕੋਲ ਇੰਨਾ ਟਾਈਮ ਵੀ ਨਹੀਂ ਹੁੰਦਾ, ਅਤੇ ਪਰ ਮੈਂ ਫਿਰ ਵੀ ਟਾਈਮ 'ਚੋਂ ਟਾਈਮ ਕੱਢ ਕੇ ਮੈਂ ਜਿਹੜੀਆਂ ਵੀਡੀਓ ਉਹ ਅਪਲੋਡ ਕਰੂੰਗਾ ਤੁਹਾਡੇ ਸਾਰਿਆਂ ਲਈ, ਕਿ ਐਟਲੀਸਟ ਤੁਸੀਂ ਸਾਰੇ ਜਿਹੜੇ ਆ ਉਹ ਵੀਡੀਓ ਦੇਖ ਕੇ ਟਾਈਮ ਸਿਰ ਆਪਣੇ ਜਿਹੜੇ ਡਾਕੂਮੈਂਟਸ ਨੇ ਉਹ ਜਿਹੜੇ ਤੁਸੀਂ ਬਣਾ ਲਿਓ, ਅਤੇ ਹਰ ਇੱਕ ਤੁਹਾਡਾ ਜਿਹੜਾ ਡਾਕੂਮੈਂਟ ਆ ਉਹ ਤੁਸੀਂ ਕਿਤੇ ਵੀ ਜਾਓਗੇ ਉੱਥੇ ਤੁਹਾਨੂੰ ਜ਼ਰੂਰਤ ਪੈਣੀ ਆ। ਇਹ ਤੋਂ ਇਲਾਵਾ ਮੇਰਾ ਇਹ ਕਰਨ ਦਾ ਮਕਸਦ ਇਹ ਸੀਗਾ ਕਿ ਮੈਂ ਪਹਿਲਾਂ ਤੋਂ ਹੀ ਨਿੱਕੇ ਹੁੰਦਿਆਂ ਜਾਂ ਬਚਪਨ ਤੋਂ ਹੀ ਮੈਨੂੰ ਸ਼ੌਂਕ ਸੀ ਮੈਂ ਸੇਵਾ ਕਰਨ ਦਾ, ਜਿੱਦਾਂ ਪਹਿਲਾਂ ਗੁਰੂ ਘਰਾਂ ਵਿੱਚ ਸੇਵਾ ਕਰਨ ਦਾ, ਉਦੋਂ ਬਾਅਦ ਜਿਵੇਂ ਕੋਈ ਕਿਸੇ ਨੂੰ ਕੋਈ ਵੀ ਤਰੀਕੇ ਦੀ ਕਿਸੇ ਨੂੰ ਲੋੜ ਪੈ ਗਈ ਸੇਵਾ ਦੀ, ਕਿਸੇ ਵੀ ਤਰ੍ਹਾਂ ਦੀ, ਤਾਂ ਮੈਂ ਹਮੇਸ਼ਾ ਅੱਗੇ ਹੁੰਦਾ ਸੀ, ਕਦੇ ਵੀ ਮੈਂ ਪਿੱਛੇ ਨਹੀਂ ਹਟਿਆ। ਉਹੀ ਇੱਥੇ ਹੈ ਕਿ ਬਹੁਤ ਸਾਰੇ ਮੇਰੇ ਨਾਲ ਦੇ ਮਾਸਟਰ ਸਟੂਡੈਂਟ ਹੋਣਗੇ, ਹੈ ਨਾ, ਜਿਹੜੇ ਕੋਈ ਕਿਤੇ ਹੋਊਗਾ, ਕੋਈ ਕਿਤੇ ਹੋਊਗਾ, ਕਿਸੇ ਨੂੰ ਪਰਵਾਹ ਹੈਗੀ ਵੀ ਹੈ, ਕਿਸੇ ਨੂੰ ਨਹੀਂ ਹੈਗੀ, ਪਰ ਮੈਨੂੰ ਜਦੋਂ ਮੈਂ ਦੇਖਦਾ ਹੁੰਦਾ ਸਟੂਡੈਂਟ ਬਹੁਤ ਸਾਰੇ ਮਤਲਬ ਸਟ੍ਰੈਸ ਵਿੱਚ ਹੁੰਦੇ, ਡਿਪਰੈਸ਼ਨ 'ਚ ਹੁੰਦੇ, ਤਾਂ ਮੈਥੋਂ ਰਿਹਾ ਨਹੀਂ ਜਾਂਦਾ ਵੀ ਕਿਸੇ ਦੀ ਹੈਲਪ ਕਰਨ ਤੋਂ ਬਿਨਾਂ। ਤਾਂ ਕਰਕੇ ਮੈਂ ਇਹ ਚੈਨਲ ਦਾ ਜਿਹੜਾ ਇੱਕ ਜ਼ਰੀਆ ਉਹ ਚੁਣਿਆ ਵੀ ਤੁਸੀਂ ਇੱਕ, ਮੈਂ ਹੋ ਸਕਦਾ ਮੈਂ ਤੁਰ ਫਿਰ ਕੇ 1 or 2 ਸਟੂਡੈਂਟਾਂ ਦੀ ਹੈਲਪ ਕਰਾਂ, ਪਰ ਇੱਕ ਚੈਨਲ ਨਾਲ ਮੈਂ ਹਜ਼ਾਰਾਂ ਸਟੂਡੈਂਟ ਦੀ ਹੈਲਪ ਕਰ ਸਕਦਾ, ਜਿਹੜੇ ਨਵੇਂ ਨਵੇਂ ਇੱਥੇ ਆਏ ਨੇ, ਅਤੇ ਜਿਹੜਿਆਂ ਨੂੰ ਹਜੇ ਕੁਛ ਪਤਾ ਨਹੀਂ ਹੈਗਾ ਵੀ ਕਿੱਦਾਂ ਜਿਹੜਾ ਸਾਰਾ ਕੁਛ ਅਸੀਂ ਮੈਨੇਜ ਕਰਨਾ। ਇਦੋਂ ਬਾਅਦ ਜਿਹੜੀਆਂ ਵੀਡੀਓਜ਼ ਆਉਣਗੀਆਂ ਉਹ ਹਰ ਇੱਕ ਟੌਪਿਕ 'ਤੇ ਮੈਂ
ਕੋਸ਼ਿਸ਼ ਕਰੂੰਗਾ ਵੀ ਹਰ ਇੱਕ ਟੌਪਿਕ 'ਤੇ ਮੈਂ ਵੀਡੀਓ ਬਣਾਵਾਂ ਤਾਂ ਜੋ ਤੁਹਾਨੂੰ ਹਰ ਇੱਕ ਟੌਪਿਕ ਦਾ ਇੱਕ ਵਰੀਕੀ ਨਾਲ ਪਤਾ ਚੱਲ ਸਕੇ ਵੀ ਕਿਹੜੀ ਚੀਜ਼ ਇੱਥੇ ਕੀ ਹੈ, ਕਿਹੜੀ ਚੀਜ਼ ਕਿੱਦਾਂ ਹੁੰਦੀ ਹੈ। ਇਹ ਤੋਂ ਇਲਾਵਾ ਤੁਹਾਨੂੰ ਯੂਨੀਵਰਸਿਟੀ ਟੂਰ ਵੀ ਇੱਕ ਵੀਡੀਓ ਵਿੱਚ ਦਿਖਾਵਾਂਗੇ ਵੀ ਕਿੱਦਾਂ ਦੀ ਯੂਨੀਵਰਸਿਟੀ ਹੈ, ਕਿੱਥੇ ਕਿਹੜੀ ਚੀਜ਼ ਹੈਗੀ ਆ। ਅਤੇ ਫਿਲਹਾਲ ਬਹੁਤ ਜ਼ਿਆਦਾ ਠੰਡ ਹੈ ਤਾਂ ਕਰਕੇ ਮੈਂ ਗੁਰੇਜ਼ ਕਰੂੰਗਾ ਹਜੇ ਬਹੁਤਾ ਬੋਲਣ ਤੋਂ, ਕਿਉਂਕਿ ਠੰਡ ਦੇ ਵਿੱਚ ਤੁਹਾਨੂੰ ਵੀ ਪਤਾ ਵੀ ਕਾਫੀ ਟਾਈਮ ਨਹੀਂ ਬੰਦਾ ਖੜ੍ਹ ਸਕਦਾ। ਅਤੇ ਪਰ ਮੈਂ ਫਿਰ ਵੀ ਕੁਛ ਹੱਦ ਤੱਕ ਇਹ ਚੀਜ਼ਾਂ ਜਿਹੜੀਆਂ ਮੈਨਸ਼ਨ ਜਿਹੜੀਆਂ ਮੈਂ ਕੀਤੀਆਂ ਨੇ ਉਹ ਅੱਗੇ ਜਾ ਕੇ ਤੁਹਾਨੂੰ ਦੇਖਣ ਨੂੰ ਮਿਲਣਗੀਆਂ, ਅੱਗੇ ਜਾ ਕੇ ਸਾਰੀਆਂ ਵੀਡੀਓ ਦੇਖਣ ਨੂੰ ਮਿਲਣਗੀਆਂ। ਤਾਂ ਕਰਕੇ ਹੱਥ ਜੋੜ ਕੇ ਬੇਨਤੀ ਹੈ ਵੀ ਜਿਹੜੇ ਜਿਹੜੇ ਸਟੂਡੈਂਟ ਮੇਰੇ ਨਾਲ ਜੁੜੇ ਹੋਏ ਆ, ਜਿਹੜੇ ਜਿਹੜੇ DMU ਦਾ ਜਿਹੜਾ ਸਾਡਾ ਗਰੁੱਪ ਹੈ, ਸਟੂਡੈਂਟ ਗਰੁੱਪ ਹੈਗਾ, ਉਹਦੇ ਵਿੱਚ ਜੁੜੇ ਹੋਏ ਆ, ਤਾਂ ਹਰ ਇੱਕ ਨੂੰ ਇਹੀ ਬੇਨਤੀ ਹੈ ਵੀ ਕਿਰਪਾ ਕਰਕੇ ਇਹ ਪਹਿਲੀ ਵੀਡੀਓ ਹਰ ਇੱਕ ਸਟੂਡੈਂਟ ਤੱਕ ਪਹੁੰਚਾ ਦਿਓ, ਹਰ ਇੱਕ ਸਟੂਡੈਂਟ ਨੂੰ ਪਤਾ ਲੱਗ ਜਾਵੇ ਵੀ ਸਾਡੇ ਲਈ ਕੋਈ ਹੈਲਪ ਲਈ ਸਾਡੇ ਲਈ ਕੋਈ ਅੱਗੇ ਆਇਆ। ਠੀਕ ਹੈ, ਤਾਂ ਫਿਰ ਇਹ ਤੁਹਾਡੇ ਸਾਰਿਆਂ ਦਾ ਆਪਦਾ ਚੈਨਲ ਹੋਊਗਾ। ਠੀਕ ਹੈ, ਹੋਪ ਸੋ ਕੱਲ੍ਹ ਨੂੰ ਤੁਹਾਨੂੰ ਕਿਸੇ ਚੀਜ਼ ਦੀ ਲੋੜ ਪੈਂਦੀ ਹੈ ਤਾਂ ਮੈਂ ਕਿਸੇ ਵੀ ਚੀਜ਼ ਤੋਂ ਗੁਰੇਜ਼ ਨਹੀਂ ਕਰੂੰਗਾ ਤੁਹਾਡੀ ਮਦਦ ਕਰਨ ਤੋਂ। ਅਤੇ ਇਹ ਤੋਂ ਇਲਾਵਾ ਮੈਂ ਚਾਹੂੰਗਾ ਵੀ ਤੁਸੀਂ ਆਪ ਜਿਹੜੀ ਪਹਿਲੀ ਵੀਡੀਓ ਆ ਇਹਨੂੰ ਤੁਸੀਂ ਆਪਣੇ ਸਟੇਟਸ 'ਤੇ ਜ਼ਰੂਰ ਲਾਇਓ, ਤਾਂ ਜੋ ਕਿਉਂਕਿ ਤੁਸੀਂ ਕਿਸੇ ਨੂੰ ਸੈਂਡ ਕਰਦੇ ਹੋ ਤਾਂ ਉਹ ਇੱਕ ਕੋਲ ਜਾਊਗੀ, ਐਟਲੀਸਟ ਜੋ ਤੁਸੀਂ ਸਟੇਟਸ 'ਤੇ ਲਾਓਗੇ ਜਿਹੜੇ ਜਿਹੜੇ ਸਟੂਡੈਂਟ ਨੇ ਮਤਲਬ ਕਿਸੇ ਵੀ ਚੀਜ਼ ਦੀ ਲੋੜ ਹੋਈ ਉਹ ਸਟੇਟਸ ਤੋਂ ਤੁਹਾਡੀ ਵੀਡੀਓ ਜਿਹੜੀ ਪਿੱਕ ਕਰਕੇ ਉਹ ਅੱਗੇ ਦੀ ਜਿਹੜੀ ਜਾਣਕਾਰੀ ਆ ਉਹ ਲੈ ਲਊਗਾ। ਤਾਂ ਕਿਰਪਾ ਕਰਕੇ ਜਿਹੜਾ ਚੈਨਲ ਆ ਮਨਦੀਪ ਲੈਸਟਰ UK ਇਹਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਅਤੇ ਨੋਟੀਫਿਕੇਸ਼ਨ ਵਾਲਾ ਜਿਹੜਾ ਬਟਨ ਆ ਉਹ ਔਨ ਕਰ ਲੈਣਾ। ਅਤੇ ਮੈਂ ਧੰਨਵਾਦ ਕਰਦਾ ਸਾਈਮਨ ਦਾ ਜਿਹੜਾ ਮੇਰੇ ਪਿੰਡ ਬੈਠਿਆ ਮੈਨੂੰ ਚੈਨਲ ਦਾ ਲੋਗੋ ਬਣਾ ਕੇ ਦਿੱਤਾ। ਅਤੇ ਬਾਕੀ ਤੁਸੀਂ ਵੀ ਇਹ ਚੈਨਲ ਨਾਲ ਜੁੜ ਸਕਦੇ ਹੋ, ਤੁਸੀਂ ਵੀ ਨਿੱਕੀ ਜਿਹੀ ਮਦਦ ਆ ਜਿਹੜੀ ਕੋਈ ਵੀ ਮਦਦ ਆ ਉਹ ਕਰ ਸਕਦੇ ਹੋ। ਤਾਂ ਕਿਰਪਾ ਕਰਕੇ ਸਭ ਤੋਂ ਪਹਿਲਾਂ ਜਿਹੜਾ ਚੈਨਲ ਆ ਉਹ ਸਬਸਕ੍ਰਾਈਬ ਕਰ ਲਿਓ। ਅਤੇ ਬਾਕੀ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਵਿੱਚ। ਅਤੇ ਇੱਕ ਵਾਰ ਦੇ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਇਹ ਹੈ ਮੇਰੀ ਯੂਨੀਵਰਸਿਟੀ ਦੀ ਮੌਂਟਫੋਰਟ ਯੂਨੀਵਰਸਿਟੀ ਲੈਸਟਰ। ਠੀਕ ਹੈ ਜੀ, ਅਤੇ 2 ਦਿਨ ਜ਼ਰੀਏ ਨੇ ਜਿਨ੍ਹਾਂ ਨਾਲ ਤੁਸੀਂ ਛੇਤੀ ਛੇਤੀ ਮੇਰੇ ਨਾਲ ਤੁਸੀਂ ਕੰਟੈਕਟ ਕਰ ਸਕਦੇ ਹੋ। ਕਈ ਵਾਰੀ ਤੁਹਾਨੂੰ ਕੋਈ ਐਮਰਜੈਂਸੀ ਹੈ, ਕਿਸੇ ਗੱਲ ਨੂੰ ਲੈ ਕੇ ਵੀ ਐਮਰਜੈਂਸੀ ਹੈ, ਤਾਂ ਤੁਸੀਂ ਕਨੈਕਟ ਕਰ ਸਕਦੇ ਹੋ। ਸਭ ਤੋਂ ਪਹਿਲਾਂ ਕਿ ਤੁਸੀਂ ਇੰਸਟਾਗ੍ਰਾਮ ਮਨਦੀਪ ਲੈਸਟਰ UK ਸਰਚ ਕਰਨਾ, ਉੱਥੇ ਜਾ ਕੇ ਤੁਸੀਂ ਮੈਨੂੰ DM ਕਰ ਸਕਦੇ ਹੋ ਮਨਦੀਪ ਲੈਸਟਰ UK, ਇਹ ਮੇਰੇ ਇੰਸਟਾਗ੍ਰਾਮ ਦੀ ID ਹੈ। ਦੂਜੀ ਜਿਹੜੀ ਚੀਜ਼ ਹੈਗੀ ਆ ਉਹ ਹੈਗੀ ਆ, ਤੁਸੀਂ ਜੇ ਇੱਥਾਂ ਇੱਦਾਂ ਵੀ ਨਹੀਂ ਹੈਗਾ ਤਾਂ ਟਿਕਟੋਕ 'ਤੇ ਵੀ ਤੁਸੀਂ ਮਨਦੀਪ ਲੈਸਟਰ UK ਭਰ ਕੇ ਤੁਸੀਂ ਸਰਚ ਕਰਕੇ ਉੱਥੇ ਵੀ ਮੈਨੂੰ ਮੈਸੇਜ ਕਰ ਸਕਦੇ ਹੋ। ਅਤੇ ਜਿਹੜੀ ਤੀਜੀ ਚੀਜ਼ ਮੈਂ ਦੱਸ ਰਹੀ ਹਾਂ ਉਹ ਹੈਗਾ ਬਿਜ਼ਨਸ ਫੋਨ ਨੰਬਰ, ਹੈ ਨਾ, ਉਹ ਹੈਗਾ 90-239-12-533 90-239-12-533। ਉੱਥੇ ਜਾ ਕੇ ਤੁਸੀਂ ਮੈਨੂੰ DM ਕਰ ਸਕਦੇ ਹੋ। ਕੋਈ ਵੀ ਕਿਸੇ ਵੀ ਪ੍ਰੋਬਲਮ ਆ ਰਹੀ ਹੈ, ਕੋਈ ਵੀ ਪ੍ਰੋਬਲਮ ਆ ਰਹੀ ਹੈ ਤੁਹਾਨੂੰ ਯੂਨੀਵਰਸਿਟੀ ਤੋਂ ਪ੍ਰੋਬਲਮ ਆ ਰਹੀ ਹੈ ਜਾਂ ਕਿਸੇ ਚੀਜ਼ ਕੋਈ ਸਮਝ ਨਹੀਂ ਰਹੀ ਆ ਰਹੀ ਉਹਦੇ ਤੋਂ ਪ੍ਰੋਬਲਮ ਆ ਰਹੀ ਹੈ, ਤਾਂ ਤੁਸੀਂ ਮੈਨੂੰ ਉੱਥੇ ਵੀ DM ਕਰ ਸਕਦੇ ਹੋ। ਅਤੇ ਇੰਨੀ ਕੁ ਗੱਲਾਂ ਕਰਦਾ ਹੋਇਆ, ਹੈ ਨਾ, ਅੱਜ ਦੀ ਵੀਡੀਓ ਨੂੰ ਮੈਂ ਇੱਥੇ ਐਂਡ ਕਰੂੰਗਾ। ਅਤੇ ਬਾਕੀ ਹੋਪ ਸੋ ਮੈਂ ਬਹੁਤ ਜਲਦੀ ਹੀ ਸਾਰੀਆਂ ਜਿਹੜੀਆਂ ਵੀਡੀਓ ਉਹ ਕਵਰ ਕਰ ਲੂੰਗਾ, ਅਤੇ ਜਿੰਨੀ ਹੋ ਸਕੀ ਮੈਂ ਤੁਹਾਡੀ ਜਿਹੜੀ ਮਦਦ ਲਈ ਮੈਂ ਅੱਗੇ ਆਵਾਂਗਾ। ਤਾਂ ਫਿਰ ਸਾਰਿਆਂ ਦਾ ਧੰਨਵਾਦ, ਅਤੇ ਕਿਰਪਾ ਕਰਕੇ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰਨਾ ਕਦੀ ਨਾ ਭੁੱਲਣਾ। ਠੀਕ ਹੈ, ਅਤੇ ਲੋੜਵੰਦਾਂ ਤੱਕ ਜ਼ਰੂਰ ਪਹੁੰਚਾ ਦੇਣੀ। ਠੀਕ ਹੈ, ਤਾਂ ਜੋ ਇੱਕ ਨਿੱਕੀ ਜਿਹੀ ਹੈਲਪ, ਹੈ ਨਾ, ਕੀ ਪਤਾ ਕਿਸੇ ਦਾ ਕਿੰਨਾ ਚੀਜ਼ ਸਵਾਰ ਸਕੇ, ਤਾਂ ਉਹਦੇ ਨਾਲ ਉਹਦੀ ਹੈਲਪ ਵੀ ਹੋ ਜੂਗੀ ਅਤੇ ਉਹਨੂੰ ਇੱਦਾਂ ਵੀ ਹੋਊਗਾ ਵੀ ਹਾਂ ਮੇਰੇ ਲਈ ਕੋਈ ਤਾਂ ਅੱਗੇ ਆਇਆ। ਠੀਕ ਹੈ ਜੀ, ਧੰਨਵਾਦ।